ਦਾਸ ਦੇ ਪਿਤਾ ਸ਼ਹੀਦ ਭਾਈ ਨਿਰਮਲ ਸਿੰਘ ਜੀ ਚੋਹਲਾ ਸਾਹਿਬ, ਜਿਨ੍ਹਾਂ ਦਾ ਜਨਮ ਪਿੰਡ ਭੈਲ ਢਾਏ ਵਾਲਾ ਉਹਦੇ ਵਿੱਚ ਹੋਇਆ ਜੀ, ਅਤੇ ਉਸ ਤੋਂ ਉਪਰੰਤ ਉਹ ਨਿਹੰਗ ਸਿੰਘ ਬਾਣੇ ਦੇ ਵਿੱਚ ਰਹਿੰਦੇ ਸਨ। ਬਾਬਾ ਦਇਆ ਸਿੰਘ ਜੀ ਸੁਰ ਸਿੰਘ ਵਾਲਿਆਂ ਦੇ ਦਲ ਪੰਥ ਦੇ ਵਿੱਚ ਬਾਬਾ ਸੋਹਣ ਸਿੰਘ ਜੀ ਉਹਨਾਂ ਦੀ ਸੰਗਤ ਕੀਤੀ, ਔਰ ਫਿਰ ਉਹਨਾਂ ਨੇ ਜਿਹੜੀ ਅਖੰਡ ਪਾਠ ਸਾਹਿਬ ਜੀ ਦੀ ਦਸਮ ਦੀ ਬਾਣੀ ਦੀ ਸੰਥਿਆ ਕੀਤੀ ਜੀ, ਔਰ ਫਿਰ ਨਿਹੰਗ ਸਿੰਘ ਬਾਣੇ ਦੇ ਵਿੱਚ ਉਹਨਾਂ ਨੇ ਕਵੀਸ਼ਰੀ ਕਰਨੀ ਆਰੰਭ ਕਰ ਦਿੱਤੀ, ਅਤੇ ਬਾਬਾ ਬਿਸ਼ਨ ਸਿੰਘ ਜੀ ਤਰਨਾ ਦਲ ਵਾਲੇ ਅਤੇ ਬਾਬਾ ਦਇਆ ਸਿੰਘ ਜੀ ਸੁਰ ਸਿੰਘ ਵਾਲੇ ਜਦੋਂ ਇੰਨੀ ਸ਼ੁੱਧ ਬਾਣੀ ਉਚਾਰਦੇ ਸੀ ਨਾ, ਦਸਮ ਦੀ ਬਾਣੀ ਬਹੁਤ ਚੜ੍ਹਦੀ ਕਲਾ ਨਾਲ ਪੜ੍ਹਦੇ ਸੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਗੁਰਬਾਣੀ ਵੀ, ਅਤੇ ਇੱਕ ਵਾਰੀ ਬਾਬਾ ਬਿਸ਼ਨ ਸਿੰਘ ਜੀ ਹੋਣਾਂ ਨੇ ਆਖਿਆ ਵੀ ਕਹਿੰਦੇ ਇਹਦੇ ਵਰਗਾ ਕੋਈ ਗ੍ਰੰਥੀ ਸਿੰਘ ਨਹੀਂ ਆ, ਅਤੇ ਬਾਬਾ ਦਇਆ ਸਿੰਘ ਜੀ ਹੋਣੀ ਕਹਿੰਦੇ ਵੀ ਇਹਦੇ ਵਰਗਾ ਕੋਈ ਕਵੀਸ਼ਰ ਵੀ ਨਹੀਂ ਆ, ਇਹਨੂੰ ਆਵਾਜ਼ ਪਰਮਾਤਮਾ ਨੇ ਇੰਨੀ ਦਿੱਤੀ ਹੈ। ਅਤੇ ਫਿਰ ਉਹਨਾਂ ਦੇ ਪਰਿਵਾਰ ਦੇ ਨਾਲ ਹੀ ਉਹਨਾਂ ਨੇ ਆਪਣਾ ਸੰਬੰਧ ਬਣਿਆ ਜੀ, ਅਤੇ ਉੱਥੋਂ ਫਿਰ ਮਹਾਰਾਜ ਦੀ ਕਿਰਪਾ ਹੋਈ ਕਵੀਸ਼ਰੀ ਦੇ ਵਿੱਚ, ਉਹ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦੇ ਨਾਲ ਰਲ ਕੇ ਉਹਨਾਂ ਨੇ ਜਿਹੜੀਆਂ ਯੋਧਿਆਂ ਦੀਆਂ ਸੂਰਮਿਆਂ ਦੀਆਂ ਵਾਰਾਂ ਗਾਈਆਂ, ਅਤੇ ਸੰਗਤ ਵੱਲੋਂ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਗਿਆ। ਇਹ ਜੀ ਉਹ ਸੰਘਰਸ਼ ਦੇ ਵਿੱਚ ਜਿਹੜਾ ਇਹ ਆਪਣੇ ਦਿਲੋਂ ਤੁਰੇ ਬਾਬਾ ਜਰਨੈਲ ਸਿੰਘ ਜੀ ਹੋਣਾਂ ਦੇ ਨਾਲ, ਜਦੋਂ ਉਹਨਾਂ ਨੇ ਮੋਰਚੇ ਦੇ ਵਿੱਚ ਧਰਮ ਯੁੱਧ ਮੋਰਚਾ ਲੱਗਾ ਹੈ ਅਤੇ ਉਹਨਾਂ ਨੇ ਵਾਰਾਂ ਗਾਈਆਂ, ਉਦੋਂ ਕੋਈ ਕਵੀਸ਼ਰ ਜਥਾ ਨਹੀਂ ਸੀ ਰਹਿ ਗਿਆ ਜੀ, ਢਾਡੀ ਜਥੇ ਪੁਲਿਸ ਦੇ ਡਰ ਤੋਂ ਸਰਕਾਰ ਦੇ ਡਰ ਤੋਂ ਘਰਾਂ 'ਚ ਬਹਿ ਗਏ ਸੀ। ਬਾਬਾ ਜੀ ਹੋਣਾਂ ਦੇ ਨਾਲ ਇਹ ਯੋਧਿਆਂ ਦੀਆਂ ਵਾਰਾਂ ਗਾਉਂਦਾ, ਜਿਹੜਾ ਵੀ ਸਿੰਘ ਸ਼ਹੀਦ ਹੁੰਦਾ ਸੀ ਉਹਦੇ ਘਰ ਦੇ ਵਿੱਚ ਜਾ ਕੇ ਵਾਰਾਂ ਗਾਉਂਦੇ ਸੀ, ਜਿੰਨੀ ਮਾਇਆ ਹੁੰਦੀ ਸੀ ਉਹ ਪਰਿਵਾਰ ਨੂੰ ਦੇ ਆਉਂਦੇ ਸੀ। ਹਾਂਜੀ, ਅਤੇ ਬਾਬਾ ਜੀ ਹੋਣਾਂ ਨੇ ਕਿਹਾ ਵੀ ਨਿਰਮਲ ਸਿੰਘ ਤੂੰ ਗਾਉਣਾ ਛੱਡ ਦੇ, ਵੀ ਬੱਚੇ ਆ ਤੇਰੇ ਛੋਟੇ ਛੋਟੇ, ਅਤੇ ਇਹ ਹੋ ਸਕਦਾ ਵੀ ਹੁਣ ਸਮਾਂ ਆ ਗਿਆ ਸ਼ਹੀਦੀਆਂ ਦਾ, ਜਿਹੜਾ ਹੋ ਸਕਦਾ ਸਿੰਘਾਂ ਦੀਆਂ ਸ਼ਹੀਦੀਆਂ ਹੋਣੀਆਂ, ਕਿਤੇ ਤੁਹਾਨੂੰ ਵੀ ਬੇਅੰਤ ਸਿੰਘ ਸ਼ਹੀਦ ਹੋ ਰਹੇ ਨੇ, ਨੁਕਸਾਨ ਨਾ ਹੋ ਜਾਵੇ। ਅਤੇ ਇਹ ਕਹਿੰਦੇ ਨਹੀਂ ਬਾਬਾ ਜੀ, ਹੁਣ ਤਾਂ ਜਿਹੜਾ ਆਖਰੀ ਦਮ ਤੱਕ ਗੁਰੂ ਦਾ ਜਸ ਗਾਉਣਾ। ਉਹ ਕਹਿੰਦੇ ਫਿਰ ਬਾਣੀ ਪੜਿਆ ਕਰੋ ਨਾ, ਚੌਪੀ ਸਾਹਿਬ ਦਾ 101 ਜਾਪ ਕਰਦੇ ਸੀ ਰੋਜ਼। ਔਰ ਦਾਸ ਨੂੰ ਪਤਾ ਸੀ ਛੋਟੇ ਛੋਟੇ ਸਾਡੇ ਘਰ ਭਾਈ ਅਵਤਾਰ ਸਿੰਘ ਬ੍ਰਹਮਾ, ਸੁਖਵਿੰਦਰ ਸਿੰਘ ਸੰਘਾ, ਭਾਈ ਸੁਖਦੇਵ ਸਿੰਘ ਸਕੀਰਾ, ਸੁਖਦੇਵ ਸਿੰਘ ਬੱਬਰ, ਇਹ ਸੂਰਮੇ ਆਉਂਦੇ ਹੁੰਦੇ ਸੀ, ਔਰ ਇੱਕ ਇੱਕ ਸਿੰਘ ਨੇ 10-10 ਜਿਹੜੀਆਂ ਗੰਨਾਂ ਪਾਈਆਂ ਹੁੰਦੀਆਂ ਸੀ ਜੀ। ਹਾਂਜੀ, ਔਰ ਬੜਾ ਪਿਆਰ ਉਹ ਆਣ ਕੇ ਕਹਿੰਦੇ ਸੀ ਵੀ ਮੇਰੇ ਪਿਤਾ ਜੀ ਨੂੰ, ਸਾਡੀ ਮਾਤਾ ਜੀ ਦੱਸਦੇ ਵੀ ਅਸੀਂ ਸ਼ਹੀਦ ਹੋ ਜਾਣਾ, ਸਾਡੀ ਵਾਰ ਗਾਉਣੀ ਤੂੰ, ਸਾਡੀ ਵਾਰ ਲਿਖਦੇ। ਉਹਨਾਂ ਨੂੰ ਪਹਿਲਾਂ ਹੀ ਪਤਾ ਸੀ ਵੀ ਸ਼ਹੀਦੀਆਂ ਦੇਣੀਆਂ, ਅਤੇ ਉਹਨਾਂ ਦੀਆਂ ਯੋਧਿਆਂ ਦੀਆਂ ਵਾਰਾਂ ਗਾਉਣ ਦਾ ਕਰਕੇ ਹੀ ਜਿਹੜਾ ਹੈ ਉਹਨਾਂ ਦੇ ਉੱਤੇ ਇੰਨਾ ਜਿਹੜਾ ਉਹਨਾਂ ਦਾ ਤਸ਼ੱਦਦ ਕੀਤਾ ਗਿਆ ਸਰਕਾਰ ਵੱਲੋਂ। ਵੇਖੋ ਜੀ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ, ਜਾਣਾ ਤਾਂ ਸਾਰਿਆਂ ਨੇ ਆ, ਅਤੇ ਉਸ ਸਮੇਂ ਦੇ ਵਿੱਚ ਕੋਈ ਜਥਾ ਨਹੀਂ ਸੀ ਰਹਿ ਗਿਆ ਜਦੋਂ ਗਾਉਂਦੇ ਸੀ। ਅਤੇ ਫਿਰ ਕਿਸੇ ਮੁਖਬਰ ਨੇ ਮੁਖਬਰੀ ਕੀਤੀ, ਬੱਸ ਦੇ ਵਿੱਚ ਆ ਰਹੇ ਸੀ ਇਹ ਹਰੀਕਿਆਂ ਵਾਲਾ ਜਿਹੜਾ ਹੈਡ ਹੈ ਨਾ, ਉਹਦੇ ਉੱਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਅਤੇ ਜਿਪਸੀਆਂ ਸੀ 4-5, ਇਹਨਾਂ ਦੀਆਂ ਮੂੰਹ ਬੰਨ ਲਿਆ ਗਿਆ, ਉਸੇ ਵੇਲੇ ਲੱਤਾਂ ਬੰਨ ਲਈਆਂ, ਬਾਹਾਂ ਬੰਨ ਲਈਆਂ। ਅਤੇ ਜਦੋਂ ਇਹਨਾਂ ਨੂੰ ਲੈ ਕੇ ਜਾ ਰਹੇ ਸੀ, ਤਾਂ ਇਹਨਾਂ ਨੇ ਮੂੰਹ ਦੇ ਵਿੱਚੋਂ ਆਖਿਆ ਵੀ ਮੈਂ ਨਿਰਮਲ ਸਿੰਘ ਚੋਹਲਾ, ਮੇਰੇ ਘਰ ਦੱਸ ਦਿਓ। ਹਾਂਜੀ, ਕਿਉਂਕਿ ਪਤਾ ਨਹੀਂ ਸੀ ਲੱਗਦਾ ਕਿੱਥੇ ਲੈ ਜਾਂਦੇ। ਫਿਰ ਇਹਨਾਂ ਨੂੰ ਧਰਮਕੋਟ ਲੈ ਗਏ ਜੀ, ਧਰਮਕੋਟ ਲਿਜਾ ਕੇ ਜਿਹੜਾ ਇਹਨਾਂ ਦੇ ਉੱਤੇ ਤਸ਼ੱਦਦ ਕੀਤਾ ਗਿਆ ਕਾਫੀ। ਹਾਂਜੀ, ਅਤੇ ਫਿਰ ਇਹਨਾਂ ਨੂੰ SHO ਨਛੱਤਰ ਸਿੰਘ ਸੀ ਉਹ ਪਾਪੀ, ਅਤੇ ਉਹਨੇ ਆਖਿਆ ਵੀ ਤੂੰ ਜਾਗੋ ਵਾਲਾ ਨਿਰਮਲ ਸਿੰਘ ਆ, ਚੱਲ ਹੁਣ ਜਾਗੋ ਗਾ ਕੇ ਗਾ ਸੁਣਾ। ਹਾਂਜੀ, ਕਹਿੰਦੇ ਬਾਪੂ ਨੇ ਉੱਥੇ ਵੀ ਜਾਗੋ ਦਾ ਇੱਕ ਪਹਿਰਾ ਗਾ ਤਾ ਜੀ। ਜਦੋਂ ਗਾਇਆ ਨਾ, ਤਾਂ ਕਹਿੰਦਾ ਵੀ ਤੈਨੂੰ ਜਾਗੋ ਗਾਉਣ ਜੋਗਾ ਛੱਡਣਾ ਹੀ ਨਹੀਂ, ਕਹਿੰਦਾ ਇਹਦੀ ਜ਼ਬਾਨ ਵੱਢ ਦਿਓ। ਉਹਨੇ ਜ਼ਬਾਨ ਕੱਟ ਦਿੱਤੀ ਜੀ, ਜਦੋਂ ਜ਼ਬਾਨ ਕੱਟ ਦਿੱਤੀ ਕਹਿੰਦਾ ਹੁਣ ਜਾਗੋ ਗਾ। ਹਾਂਜੀ, ਕਹਿੰਦੇ ਹੁਣ ਤੇਰਾ ਅਸੀਂ ਜਿਹੜਾ ਨਾ ਤੇਰਾ ਦਾੜਾ ਇਹਦਾ, ਜਦੋਂ ਬਾਪੂ ਜੀ ਤਲਾਸੀ ਲਈ ਤਾਂ ਜੇਬ ਦੇ ਵਿੱਚੋਂ ਥੋੜ੍ਹੇ ਜਿਹੇ ਕੇਸ ਨਿਕਲ ਆਏ ਜੀ। ਇਹ ਮੈਂ ਜਿਹੜੀ ਤੁਹਾਨੂੰ ਦੱਸ ਰਿਹਾ ਸ਼ਹੀਦੀ ਦੀ ਬਾਬਤ, ਇਹ ਇੱਕ ਪੁਲਿਸ ਵਾਲਾ ਸਿੰਘ ਸੀ ਸੁਰ ਸਿੰਘ ਦਾ, ਅਤੇ ਉਹ ਉੱਥੇ ਡਿਊਟੀ ਕਰਦਾ ਸੀ, ਉਹਨੇ ਬਾਬਾ ਦਇਆ ਸਿੰਘ ਜੀ ਸੁਰ ਸਿੰਘ ਵਾਲਿਆਂ ਨੂੰ ਦੱਸਿਆ, ਆਈ ਵਿਟਨੈਸ ਹੈ, ਹਾਲੇ ਵੀ ਜਿੰਦਾ ਉਹ ਮੈਂ ਆਪ ਜੀ ਦੇ ਨਾਲ ਬਿਆਨ ਕਰ ਰਿਹਾ। ਉਹ ਕਹਿੰਦਾ ਜੀ ਉਹ ਸਿੰਘ ਦੇ ਜੇਬ ਦੇ ਵਿੱਚੋਂ ਥੋੜ੍ਹੇ ਜਿਹੇ ਵਾਲ ਨਿਕਲ ਆਏ ਕੇਸ ਦੇ ਤਲਾਸੀ ਲਈ ਨਾ, ਅਤੇ ਉਹਨਾਂ ਆਖਿਆ ਵੀ ਇਹਨੂੰ ਲੱਗਦਾ ਕੇਸਾਂ ਨਾਲ ਬੜਾ ਪਿਆਰ ਆ। ਉਹ ਕਹਿੰਦਾ ਵੀ ਇਹਦੀ ਪਹਿਲਾਂ ਦਾੜੀ ਮੁੰਨ ਦਿਓ, SHO 6600, ਕਹਿੰਦਾ ਇਹਨੂੰ ਗਾਉਣ ਜੋਗਾ, ਇਹਨੂੰ ਜਾਣ ਜੋਗਾ ਹੀ ਨਹੀਂ ਛੱਡਣਾ।
ਤੇ ਫਿਰ ਉਹ ਜਦੋਂ ਉਹਨਾਂ ਨੇ ਕੈਂਚੀ ਲਿਆਂਦੀ ਤੇ ਉਹ ਦਾੜੀ ਨੂੰ ਆਪ ਜਦੋਂ ਕੱਟਣ ਲੱਗਾ, ਦਾੜੀ ਕੱਟਣ ਲੱਗਾ, ਜਦੋਂ ਉਹਨੇ ਹਲੇ ਦਾੜੀ ਨੂੰ ਹੱਥ ਪਾਇਆ ਨਾ, ਤੇ ਉਹ ਪਿਤਾ ਜੀ ਉਹਨਾਂ ਨੇ ਲੱਤਾਂ ਬੰਨੀਆਂ ਸੀ ਜ਼ੋਰ ਨਾਲ, ਲੱਤਾਂ ਮਾਰੀਆਂ ਉਹਦੇ ਦੋਵੇਂ, ਉਹਦੇ ਜਦੋਂ ਲੱਤਾਂ ਵੱਜੀਆਂ ਨਾ ਉਹਦੇ ਜਦੋਂ ਜੀ, ਤੇ ਉਹ ਇੱਕ ਵਾਰੀ ਤਾਂ ਸੁਰਤ ਹੋ ਕੇ ਡਿੱਗ ਗਿਆ। ਫਿਰ ਉਹਨੇ ਉੱਠਦਿਆਂ ਸਾਰੀ ਗੰਨ ਲੈ ਕੇ ਤੇ ਬ੍ਰੈਸਟ ਮਾਰ ਕੇ ਕਹਿੰਦਾ ਵੀ ਉਹਨੂੰ ਗੋਲੀਆਂ ਮਾਰਤੀਆਂ, ਤੇ ਫਿਰ ਉਹਨਾਂ ਨੂੰ ਦਰਿਆ 'ਚ ਸੁੱਟ ਦਿੱਤਾ ਗਿਆ। ਦਾਸ ਨੂੰ ਉਹਨਾਂ ਦੀ ਕੋਈ ਨਾ, ਉਹਨਾਂ ਦੀ ਕੋਈ ਪੱਗ ਦਿੱਤੀ ਗਈ ਨਾ ਕੋਈ ਕੱਪੜਾ ਦਿੱਤਾ ਗਿਆ, ਤੇ ਇਸ ਤਰ੍ਹਾਂ ਉਹਨਾਂ ਦੀ ਸ਼ਹੀਦੀ ਹੋਈ ਆ। ਚਲੋ ਜਾਣਾ ਸਾਰਿਆਂ ਨੇ, ਪਰ ਅੱਜ ਉਹਨਾਂ ਦੀ ਜਿਹੜਾ ਕੌਮ ਦੇ ਵਿੱਚ ਵੱਖਰਾ ਮਾਣ ਆ, ਸਤਿਗੁਰੂ ਕਿਰਪਾ ਕਰਨ। ਅਤੇ ਨਿਰਮਲ ਸਿੰਘ ਚੋਹਲਾ, ਚੋਹਲਾ ਸਾਹਿਬ ਨਿਰਮਲ ਸਿੰਘ ਚੋਹਲਾ ਹੀ ਉਹੋ ਜਿਹਾ ਕਵੀਸ਼ਰ, ਸਤਿਗੁਰੂ ਕਿਰਪਾ ਕਰੇ, ਬੜੇ ਮੇਰੇ ਸਤਿਕਾਰਯੋਗ ਵੀਰ ਨੇ ਸਾਰੇ ਨੇ, ਪਰ ਜੋ ਉਹ ਹੀ ਉਹੀ ਆ, ਅਤੇ ਰਹਿੰਦੀ ਦੁਨੀਆ ਤੱਕ ਉਹਨਾਂ ਦਾ ਨਾਂ ਰਹਿਣਾ ਜੀ। ਜਾਣਾ ਤਾਂ ਸਾਰਿਆਂ ਨੇ, ਆਪਾਂ ਵੀ ਚਲੇ ਜਾਣਾ, ਪਰ ਉਹਨਾਂ ਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਊ ਕਿ ਉਹਨਾਂ ਨੇ ਇਹ ਕੌਮ ਵਾਸਤੇ ਚੜ੍ਹਦੀ ਕਲਾ ਨਾਲ ਸ਼ਹੀਦੀ ਦਿੱਤੀ ਹੈ ਜੀ।